Good afternoon, students. I am Harkirat, your Punjabi teacher. Hope so you all are good, beta. It's the sixth chapter of seventh class. Chapter da naam hai Hadse. Hadse paav durghatnava, accidents. Theek hai. Inna de bare is chapter de vich padhange ki hadsa ki hunda hai, kyun vaparda hai, aur ede vaparan to baad sanu kis tarah di jehdi madad hai, oh kise di karni chahidi hai. So let's start. The reading of this chapter and explanation also. Hadsa 1. Rubika pauriyan to uttar rahi si ki achanak usda pair tilak gaya. Pair tilak gaya paav ho niche farsh te dig gayi, pair slip hon de karan. Oh tadam karke farsh upar dig payi. Tadam hunda beta zor dene farsh de upar dig jana. Oh sirf tin pauriyan hi hethan digi si usde pair nu moch aa gayi. Moch paav ode pair de vich satt lagi. Theek hai, koi muscle edan da si jehda ਪੁੱਲ ਹੋ ਗਿਆ ਜਿਸਨੂੰ ਮੋਚ ਕਿਹਾ ਜਾਂਦਾ ਹੁਣ ਉਸ ਨੂੰ ਉੱਠ ਕੇ ਖੜੇ ਹੋਣਾ ਵੀ ਮੁਸ਼ਕਲ ਜਾਪ ਰਿਹਾ ਸੀ ਉਸ ਦਾ ਰੋਣਾ ਨਿਕਲ ਗਿਆ ਕਿਉਂਕਿ ਪੇਨ ਜ਼ਿਆਦਾ ਹੋਣ ਕਰਕੇ ਰੂਬਿਕਾ ਕੀ ਹੈ ਰੋ ਰਹੀ ਸੀ ਰੂਬਿਕਾ ਰੋ ਰਹੀ ਸੀ ਕਿਸੇ ਦਾ ਵੀ ਧਿਆਨ ਉਸ ਵੱਲ ਨਹੀਂ ਸੀ ਗਿਆ ਉਸਦੇ ਪੈਰ ਵਿੱਚ ਬਹੁਤ ਪੀੜ ਹੋ ਰਹੀ ਸੀ ਪੀੜ ਭਾਵ ਦਰਦ ਹੋ ਰਿਹਾ ਸੀ ਪੰਜ ਮਿੰਟ ਪਹਿਲਾਂ ਉਹ ਸਟੇਜ ਉੱਪਰ ਆਪਣੇ ਨਾਚ ਦੀ ਆਈਟਮ ਪੇਸ਼ ਕਰ ਰਹੀ ਸੀ ਪੰਜ ਮਿੰਟ ਪਹਿਲਾਂ ਉਹ ਡਾਂਸ ਪਰਫੋਰਮੈਂਸ ਜਿਹੜੀ ਸਟੇਜ ਦੇ ਉੱਪਰ ਕਰ ਰਹੀ ਸੀ ਸਕੂਲ ਦਾ ਸਾਲਾਨਾ ਜਿਹੜਾ ਸਮਾਗਮ ਸੀ ਬੇਟਾ ਸਮਾਰੋਹ ਯਾਨੀ ਕਿ ਪ੍ਰੋਗਰਾਮ ਸੀ ਠੀਕ ਹੈ ਇੱਥੇ ਪਿਕਚਰ ਬਣੀ ਹੋਈ ਹੈ ਦੇਖੋ ਰੂਬਿਕਾ ਡਿੱਗਦੇ ਹੋਏ ਨਜ਼ਰ ਆ ਰਹੀ ਹੈ ਨੈਕਸਟ ਪੜ੍ਹਦੇ ਹਾਂ ਪ੍ਰੋਗਰਾਮ ਉੱਪਰ ਹਾਲ ਵਿੱਚ ਹੋ ਰਿਹਾ ਸੀ ਜਿਹੜਾ ਸਾਲਾਨਾ ਪ੍ਰੋਗਰਾਮ ਸੀ ਉਹ ਕਿੱਥੇ ਹੋ ਰਿਹਾ ਸੀ ਹਾਲ ਦੇ ਇੱਕ ਵੱਡਾ ਹਾਲ ਸੀ ਕਮਰਾ ਜਿਸਦੇ ਵਿੱਚ ਜਿਹੜਾ ਸਾਲਾਨਾ ਪ੍ਰੋਗਰਾਮ ਉਹ ਹੋ ਰਿਹਾ ਸੀ ਅਤੇ ਉਸ ਪ੍ਰੋਗਰਾਮ 'ਚੋਂ ਨਿਕਲ ਕੇ ਉਹ ਆਪਣੇ ਮੰਮੀ ਪਾਪਾ ਨੂੰ ਵੇਖਣ ਆਈ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਠੀਕ ਹੈ ਲੋਕ ਆ ਜਾ ਰਹੇ ਸਨ ਕੋਈ ਵੀ ਉਸ ਵੱਲ ਧਿਆਨ ਨਹੀਂ ਸੀ ਦੇ ਰਿਹਾ ਦੇਖੋ ਕਾਫੀ ਸੈਲਫਿਸ਼ ਲੋਕ ਹੁੰਦੇ ਨੇ ਜਿਹੜੇ ਨਹੀਂ ਧਿਆਨ ਦਿੰਦੇ ਪਰ ਸਾਨੂੰ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਕੋਈ ਕਿਸੇ ਪਰਸਨ ਨੂੰ ਅਸੀਂ ਜਾਣਦੇ ਹਾਂ ਤਾਂ ਉਸਦੇ ਲਈ ਰੁਕਣਾ ਚਾਹੀਦਾ ਅਤੇ ਉਸਦੀ ਮਦਦ ਕਰਨੀ ਚਾਹੀਦੀ ਹੈ ਉਹ ਪੌੜੀ ਦੇ ਹੇਠਲੇ ਪੌੜੇ ਉੱਤੇ ਬੈਠੀ ਸੀ ਪੌੜੇ ਭਾਵ ਸਟੈਪ 'ਤੇ ਬੇਟਾ ਜਿਹੜਾ ਪੌੜੀ ਦਾ ਹੇਠਲਾ ਸਟੈਪ ਸੀਗਾ ਉੱਥੇ ਬੈਠੀ ਸੀ ਉਸਨੇ ਆਪਣੇ ਨਾਚ ਵਾਲੇ ਕੱਪੜੇ ਹੀ ਪਾਏ ਹੋਏ ਸਨ ਭਾਵ ਜਿਹੜੀ ਡਾਂਸ ਵਾਲੀ ਡਰੈਸ ਸੀ ਉਸਨੇ ਵੀਅਰ ਕੀਤੀ ਹੋਈ ਸੀ ਉਸਦੇ ਪੈਰ ਵਿੱਚ ਦਰਦ ਹੋ ਰਹੀ ਸੀ ਉਸਨੇ ਦੇਖਿਆ ਕਿ ਇਹ ਸਭ ਕੁਝ ਉਸ ਉੱਚੀ ਅੱਡੀ ਵਾਲੀ ਗੁਰਗਾਬੀ ਕਰਕੇ ਵਾਪਰਿਆ ਹੈ ਗੁਰਗਾਬੀ ਭਾਵ ਬੇਟਾ ਕਲੋਜ਼ਡ ਸ਼ੂਜ਼ ਜਿਹੜੇ ਅਸੀਂ ਵੀਅਰ ਕਰਦੇ ਹਾਂ ਉਹਨਾਂ ਨੂੰ ਕਿਹਾ ਜਾਂਦਾ ਇੱਕ ਤਰ੍ਹਾਂ ਦੀ ਬੰਦ ਜੁੱਤੀ ਨੂੰ ਗੁਰਗਾਬੀ ਜਿਹੜਾ ਸ਼ਬਦ ਹੈ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਇਸ ਅੱਡੀ ਨੇ ਹੀ ਧੋਖਾ ਦਿੱਤਾ ਹੈ ਉਸਨੇ ਸੋਚਿਆ ਅਤੇ ਫਿਰ ਅਗਲੇ ਹੀ ਪਲ ਉਸਨੇ ਆਪਣੀ ਜੁੱਤੀ ਉਤਾਰ ਦਿੱਤੀ ਠੀਕ ਹੈ ਉਸਨੂੰ ਲੱਗਿਆ ਕਿ ਇਸ ਜੁੱਤੀ ਕਾਰਨ ਹੀ ਉਹ ਡਿੱਗੀ ਹੈ ਤਾਂ ਉਸਨੇ ਉਹ ਜੁੱਤੀ ਨਾਲ ਦੀ ਨਾਲ ਉਤਾਰ ਦਿੱਤੀ ਉਸਨੂੰ ਕੁਝ ਸਾਹ ਜਿਹਾ ਮਿਲਿਆ ਭਾਵ ਸਾਹ ਮਿਲਿਆ ਕੁਝ ਆਰਾਮ ਜਿਹਾ ਮਿਲਿਆ ਪਰ ਉਸਨੂੰ ਦਰਦ ਹੋ ਰਿਹਾ ਸੀ ਹਾਲੇ ਵੀ ਜਿਹੜਾ ਸੀ ਉਸਨੂੰ ਦਰਦ ਹੋ ਰਿਹਾ ਸੀ ਰੂਬੀ ਤੂੰ ਇੱਥੇ ਕੀ ਕਰ ਰਹੀ ਹੈ ਇਹ ਕੁਨਾਲ ਸੀ ਉਹ ਨੌਵੀਂ ਜਮਾਤ ਦਾ ਵਿਦਿਆਰਥੀ ਕੁਨਾਲ ਨੇ ਪੁੱਛਿਆ ਕਿ ਰੂਬੀ ਤੂੰ ਇੱਥੇ ਕੀ ਕਰ ਰਹੀ ਹੈ ਉਹ ਰੂਬੀ ਨੂੰ ਲੱਭਦਾ ਹੋਇਆ ਇੱਥੇ ਪਹੁੰਚਿਆ ਸੀ ਰੂਬੀ ਤੂੰ ਇੱਥੇ ਕੀ ਕਰ ਰਹੀ ਹੈ ਕੁਨਾਲ ਨੇ ਰੂਬੀ ਨੂੰ ਹਲੂਣਿਆ ਭਾਵ ਹਿਲਾ ਕੇ ਪੁੱਛਿਆ ਉਸ ਤੋਂ ਪਹਿਲਾਂ ਕਿ ਰੂਬੀ ਕੁਝ ਕਹਿੰਦੀ ਕੁਨਾਲ ਦੇ ਪਿੱਛੇ ਆ ਰਹੇ ਸ਼੍ਰੀਮਦ ਨੇ ਕੋਲ ਆ ਕੇ ਕੁਨਾਲ ਨੂੰ ਕਿਹਾ ਚੱਲ ਨਾ ਆਪਾਂ ਗੇਟ ਕੋਲ ਹੋ ਕੇ ਆਉਂਦੇ ਹਾਂ ਰੁਕ ਕਿਉਂ ਗਿਆ ਹੈ ਜਿਹੜਾ ਸ਼੍ਰੀਮਦ ਸੀ ਉਸਨੇ ਕੁਨਾਲ ਨੂੰ ਪ੍ਰਸ਼ਨ ਕੀਤਾ ਮੈਂ ਰੂਬੀ ਨੂੰ ਦੇਖ ਕੇ ਰੁਕਿਆ ਹਾਂ ਮੈਡਮ ਨੂੰ ਤਾਂ ਰੂਬੀ ਦਾ ਪਤਾ ਕਰਨ ਲਈ ਹੀ ਆ ਕੇ ਆਏ ਹਾਂ ਉਹ ਤਾਂ ਠੀਕ ਹੈ ਪਰ ਉੱਥੇ ਗੇਟ ਤੱਕ ਹੀ ਤਾਂ ਜਾਣਾ ਹੈ ਰੂਬੀ ਤੂੰ ਮੈਡਮ ਕੋਲ ਜਾ ਤੈਨੂੰ ਮੈਡਮ ਬੁਲਾ ਰਹੇ ਹਨ ਪਰ ਮੈਂ ਤਾਂ ਰੂਬੀ ਇੰਨੀ ਗੱਲ ਕਹਿ ਕੇ ਰੁਕ ਜਾਂਦੀ ਹੈ ਰੂਬੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਕੁਨਾਲ ਦੀ ਬਾਂਹ ਪੇਜ ਨੰਬਰ ਬੇਟਾ 40 ਕੁਨਾਲ ਦੀ ਬਾਂਹ ਫੜ ਕੇ ਸ਼੍ਰੀਮਦ ਖਿੱਚ ਕੇ ਲਿਜਾ ਰਿਹਾ ਸੀ ਪਰ ਕੁਨਾਲ ਨੇ ਬਾਂਹ ਛੁੜਾ ਕੇ ਕਿਹਾ ਨਹੀਂ ਯਾਰ ਪਹਿਲਾਂ ਰੂਬੀ ਨੂੰ ਦੇਖਣਾ ਹੈ ਕਿ ਪਹਿਲਾਂ ਕੀ ਹੈ ਰੂਬੀ ਪਰੇਸ਼ਾਨੀ ਦੇ ਵਿੱਚ ਹੈ ਰੂਬੀ ਨੂੰ ਦੇਖਣਾ ਜ਼ਰੂਰੀ ਹੈ ਕਿਉਂ ਰੂਬੀ ਕੀ ਗੱਲ ਹੈ ਤੂੰ ਇੱਥੇ ਕਿਉਂ ਬੈਠੀ ਹੈ ਕੁਨਾਲ ਮੈਂ ਚੱਲ ਨਹੀਂ ਸਕਦੀ ਮੇਰੀ ਲੱਤ ਲੱਗਦਾ ਟੁੱਟ ਗਈ ਹੈ ਮੈਂ ਡਿੱਗ ਪਈ ਹਾਂ ਰੂਬੀ ਨੇ ਕੁਨਾਲ ਨੂੰ ਕਿਹਾ ਕਿ ਮੇਰੀ ਲੱਤ ਹੈ ਜਿਹੜੀ ਉਹ ਡਿੱਗਣ ਕਰਕੇ ਟੁੱਟ ਗਈ ਹੈ ਇਸ ਕਰਕੇ ਮੈਂ
तुर नहीं सकती। इन्ना आख के वह रोन लग पई, श्रीमद बाहर नू जांदा वापस आ गया, हुण की करिए। श्रीमद ने कुणाल नू पुछया, श्रीमद कहिंदा कि हुण आपां की कर सकते हैं, ठीक है तां रूबी तू किवें डिग पई, तेरे सट कित्थे लगी है। कुणाल ने रूबी नू पुछया, रूबी ने अपना पैर अगे कर दिता। कुणाल ने देखिया कि फिर कुछ सोचया ते उसने श्रीमद नू रूबी दा ख्याल रखन लई कहा। आप वह भज के कित्यों एक कुर्सी लभ के लियाया, रूबी तू इस कुर्सी ते बैठ, असी तैनू मैडिकल रूम विच छड के आउंदे हां। देखो पिक्चर दे विच दिखाया गया कि वह कुर्सी लैके आया, तो जिस मदद दे नाल उन्होंने रूबी नू मैडिकल रूम तक पहुँचाने की जड़ी है कोशिश की। दोहां दी मदद नाल रूबी उस कुर्सी उपर बैठ गई। उस कुर्सी नू कुणाल ते श्रीमद ने चुकिया, तो वह उसे हालत विच रूबी नू मैडिकल रूम तक लै गए। सो बेटा नैक्सट देखो, अगे मैडम जो बच्चों मुढ़ली सहायता भाव फस्ट एड हेल्प देंदे सी ते होर दवाइयां पट्टी दा प्रबंध करदी सी, अपने कमरे विच मौजूद नहीं सी। कुणाल रूबी नू मैडम दी देखरेख दे हवाले करना चाहुंदा सी। ओह दौड़ के प्रोग्राम वाली थां ते पहुंचिया, उत्थे सुधा मैडम रूबी दी उड़ीक कर रहे सन, ठीक है। कुणाल ने मैडम नू रूबी दे पौड़ियां तों डिगन अते सट लगन दी सारी घटना सुना दित्ती, ठीक है। रूबी दी मैडम सी जिहड़े उड़ीक कर रहे सीगे उत्थे, सुधा मैडम, तां सुधा मैडम नू सारी गलबात जिहड़ी कुणाल ने दसी कि रूबी दे सट लगी है, तो इस समय वह की है मैडिकल रूम दे विच है। मैडम ने कुणाल दे नाल दो होर कुड़ियां नू भेजिया, वह दोवें 11वीं जमात दीआं विद्यार्थिनां सन, 11th क्लास दीआं स्टूडेंट सी, दो लड़कियां जिन्हां नू नाल भेजिया। वह कमल मैडम नू लभ के मैडिकल रूम विच लै के आईआं। कुणाल ने स्कूल दे दफ्तर चों रूबी दी मम्मी नू फोन किता, जदों तक रूबी दे मम्मी रूबी नू लै के घर ना चले गए, कुणाल ने रूबी दी हर चीज़ दा ध्यान रख्या। रूबी इस स्कूल विच नवीं आई सी, हाले 3-4 महीने पहला ही उसने 7वीं जमात विच दाखला लिया सी। 7वीं जमात दे विच रूबी ने एडमिशन लिया सी 4 महीने पहला। कुणाल दा धन्नवाद करदे हुए रूबी दी मम्मी ने उस दे कम ते जिम्मेवार रवैये दी प्रशंसा की। जिम्मेवार रवैये भाव उहदा जिहड़ा बिहेवियर सी उहदी की आ सिफत की, तारीफ की कि उह किन्ना रिसपोंसिबल है, तो रूबी नू उसने सट लगन ते संभालिया। सो बेटा इत्थे तक जिहड़ा टॉपिक कंप्लीट हो जांदा, आफ्टर दैट वी विल डू द नैक्सट रीडिंग इन द नैक्सट वीडियो। सो इट्स अ पार्ट ऑफ 1। थैंक यू, हैव अ नाइस डे।